ਸਤਿ ਸ਼੍ਰੀ ਅਕਾਲ, ਐਸਐਮਜ਼ੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ। ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ। ਆਪ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ, ਕੇਜਰੀਵਾਲ ਤੇ ਸੀਐਮ ਮਾਨ ਸਣੇ ਇਹਨਾਂ ਆਗੂਆਂ ਦੇ ਨਾਂ ਹਨ ਸ਼ਾਮਲ। ਬੀਜੇਪੀ ਆਗੂ ਸਰਵਨ ਸਿੰਘ ਤਲਾਰੀਆ ਆਪ ਚ ਸ਼ਾਮਲ। ਸੀਐਮ ਮਾਨ ਦੀ ਹਾਜ਼ਰੀ ਚ ਜੁਆਇਨ ਕੀਤੀ ਪਾਰਟੀ। ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਲਈ ਸਾਨੂੰ ਕੇਂਦਰ ਚ ਭਾਈਵਾਲ ਬਣਨਾ ਹੀ ਪਵੇਗਾ, ਰਵਨੀਤ ਬਿੱਟੂ। ਪੰਜਾਬ ਚ ਹਥਿਆਰਾਂ ਹਿੰਸਾ ਵਾਲੇ ਗੀਤਾਂ ਨੂੰ ਲੈ ਕੇ ਹੋਵੇਗੀ ਕਾਰਵਾਈ, ਹਾਈਕੋਰਟ ਨੇ ਦਿੱਤੇ ਹੁਕਮ। ਜਲੰਧਰ ਚ ਵਿਜੀਲੈਂਸ ਬਿਊਰੋ ਦਾ ਐਕਸ਼ਨ, ਸਬ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ। ਸੀਐਮ ਕੇਜਰੀਵਾਲ ਦਾ ਐਲਾਨ, ਦਿੱਲੀ ਦੀਆਂ ਔਰਤਾਂ ਨੂੰ ਜਲਦ ਹਰ ਮਹੀਨੇ ਮਿਲਣਗੇ 1,000 ਰੁਪਏ। ਸਿੱਖਿਆ ਵਿਭਾਗ ਦੀ ਸਫਲਤਾ, ਨਵਾਂ ਸੈਸ਼ਨ ਸ਼ੁਰੂ ਹੁੰਦਿਆਂ ਹੀ ਸਕੂਲ ਚ ਪਹੁੰਚਿਆ 90% ਤੋਂ ਵੱਧ ਕਿਤਾਬਾਂ। ਪੰਜਾਬ ਚ 2 ਦਿਨ ਹੀ ਚ ਵੇਵ ਦਾ ਅਲਰਟ, 4 ਡਿਗਰੀ ਤੱਕ ਵੱਧ ਸਕਦੇ ਪਾਰਾ, ਐਡਵਾਇਜ਼ਰੀ ਜਾਰੀ। ਜਗੀਰ ਕੌਰ ਦੀ ਠੋਡੀ ਤੇ ਹੱਥ ਲਾਉਣ ਤੇ ਚੰਨੀ ਦੀ ਵਧੀ ਮੁਸੀਬਤ, ਐਕਸ਼ਨ ਚ ਆਇਆ ਮਹਿਲਾ ਕਮਿਸ਼ਨ। ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ, ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਮੁੰਬਈ ਦੇ ਘਾਟਕੋਪਰ ਚ ਹੋਰਡਿੰਗ ਡਿੱਗਣ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ, ਮੀਂਹ ਤੇ ਧੂੜ ਭਰੀ ਹਨੇਰੀ ਨੇ ਮਚਾਈ ਅਫੜਾ ਤਫੜੀ। ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਨੂੰ ਦਿੱਤੀ ਰਾਹਤ, ਪਰੀ ਖਬਰ, IMA ਮੁਖੀ ਨੂੰ ਲਗਾਈ ਫਟਕਾਰ। ਉੱਤਰਕਾਸ਼ੀ ਦੇ ਗੰਗੋਤਰੀ ਰੋਡ ਤੇ ਟ੍ਰੈਫਿਕ ਜਾਮ ਤੋਂ ਯਾਤਰੀ ਹੋਏ ਪਰੇਸ਼ਾਨ, 900 ਵਾਹਨ ਜਾਮ ਚ ਫਸੇ। ਨਹੀਂ ਰਹੇ ਬਿਹਾਰ ਦੇ ਸਾਬਕਾ ਡਿਪਟੀ CM ਸੁਸ਼ੀਲ ਮੋਦੀ, ਏਮਸ ਹਸਪਤਾਲ ਚ ਤੋੜਿਆ ਦਮ। ਭਾਜਪਾ ਉਮੀਦਵਾਰ ਮਾਧਵੀ ਲੱਥਾ ਖਿਲਾਫ ਹੈਦਰਾਬਾਦ ਚ ਮਾਮਲਾ ਹੋਇਆ ਦਰਜ, ਮੁਸਲਿਮ ਔਰਤਾਂ ਦੀ ਵੋਟਰ ID ਦੀ ਜਾਂਚ ਕਰਨ ਤੇ ਪੈਦਾ ਹੋਇਆ ਵਿਵਾਦ। ਕਿਸਾਨਾਂ ਨੇ ਭਾਜਪਾ ਉਮੀਦਵਾਰ ਖੰਨਾ ਨੂੰ ਦਿਖਾਇਆ ਕਾਲੀਆਂ ਝੰਡੀਆਂ, ਕੀਤੀ ਨਾਰੇਬਾਜ਼ੀ। ਵਾਈਟ ਹਾਊਸ ਦੀ ਪਾਰਟੀਆਂ ਚ ਗੋਲ ਗੱਪੇ ਦੀ ਐਂਟਰੀ, ਵਿਦੇਸ਼ੀ ਮਹਿਮਾਨਾਂ ਨੂੰ ਆ ਰਹੇ ਕਾਫੀ ਪਸੰਦ। ਮੈਨਿਊ ਚ ਹੋਰ ਕਈ ਤਰ੍ਹਾਂ ਦੇ ਹਨ ਭਾਰਤੀ ਪਕਵਾਨ। ਮਾਲਦੀਵ ਦੇ ਬੜਬੋਲੇ ਪਾਇਲਟ ਭਾਰਤੀ ਹੈਲੀਕਾਪਟਰ ਉਡਾਉਣ ਦੇ ਵੀ ਸਮਰਥ ਨਹੀਂ, ਰੱਖਿਆ ਮੰਤਰੀ ਨੇ ਖੁਦ ਮੰਨਿਆ। ਕਸ਼ਮੀਰੀਆਂ ਦੇ ਮੋਰਚੇ ਕਾਰਨ ਪਾਕਿਸਤਾਨ ਦੀ ਉੱਡੀ ਨੀਂਦ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁਲਾਈ ਉੱਚ ਪੱਧਰੀ ਮੀਟਿੰਗ। ਰੋਹਿਤ ਸ਼ਰਮਾ ਫਿਟਨੈਸ ਬਾਰੇ ਸੋਚਦੇ ਹੀ ਨਹੀਂ, ਯੁਵਰਾਜ ਸਿੰਘ ਦੇ ਪਿਤਾ ਨੇ ਟੀਮ ਇੰਡੀਆ ਦੇ ਕਪਤਾਨ ਨੂੰ ਲੈ ਕੇ ਦਿੱਤਾ ਹੈਰਾਨ ਕਰ ਦੇਣ ਵਾਲਾ ਬਿਆਨ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੈਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ। ਦੇਖਦੇ ਰਹੋ SMZ ਨਿਊਜ਼।